ਹੈਲੋ ਐਂਡ ਵੈਲਕਮ ਟੂ ਅਰੇਸ ਅਕੈਡਮੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੋਸਟ ਇੰਪੋਰਟੈਂਟ ਪੰਜਾਬ ਜੀਕੇ ਦਾ ਪਾਰਟ ਜਿਹੜਾ ਚੌਥਾ ਲੈ ਕੇ ਆਪਾਂ ਹਾਜ਼ਰ ਹੈ। ਇਸ ਤੋਂ ਪਹਿਲਾਂ ਪਾਰਟ 3 ਹੋ ਚੁੱਕਿਆ, ਜੇਕਰ ਤੁਸੀਂ ਹਜੇ ਤੱਕ ਪਾਰਟ 3 ਨਹੀਂ ਦੇਖੇ ਤਾਂ ਪਹਿਲਾਂ ਤੁਸੀਂ ਉਹਨਾਂ ਨੂੰ ਦੇਖ ਲੈਣਾ। ਸੋ ਆਪਾਂ ਹੁਣ ਕਰਾਂਗੇ MCQ ਦਾ ਪਾਰਟ ਚੌਥਾ, ਜਿਹੜਾ ਕਿ ਇੰਪੋਰਟੈਂਟ ਰਹੂਗਾ। PPSC ਕਾਨਗੋ ਐਕਸਾਈਜ਼ ਇੰਸਪੈਕਟਰ ਪੋਡਾ PSBCL ਪਟਵਾਰੀ, ਪੰਜਾਬ ਦੇ ਜਿੰਨੇ ਵੀ ਐਗਜ਼ਾਮ ਆ ਜਿਹਦੇ ਵਿੱਚ ਪੰਜਾਬ GK ਪੁੱਛੀ ਜਾਂਦੀ ਆ, ਉਹਨਾਂ ਵਾਸਤੇ ਇਹ ਬਹੁਤ ਇੰਪੋਰਟੈਂਟ ਰਹੂਗੀ ਅਤੇ ਬਹੁਤ ਹੀ ਵਧੀਆ ਲੈਵਲ ਦੇ ਕੁਐਸਚਨ ਇਹ ਆਉਂਦੇ ਆ। ਸੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਫਰੈਂਡਸ ਮਿੱਤਰ ਪਿਆਰਿਆਂ ਨਾਲ, ਅਤੇ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤਾਂ ਕਿ ਮੋਟੀਵੇਸ਼ਨ ਮਿਲਦੀ ਰਹੇ। ਅਤੇ ਬਾਕੀ ਜੁਆਇਨਿੰਗ ਦਾ ਟੈਲੀਗ੍ਰਾਮ ਗਰੁੱਪ, ਕਿਉਂਕਿ ਟੈਲੀਗ੍ਰਾਮ ਦੇ ਵਿੱਚ ਮੈਂ ਅਪਡੇਟ ਤੁਹਾਨੂੰ ਕਰਦਾ ਰਹੂੰਗਾ, ਜਿਹੜੀਆਂ ਵੀ ਵੀਡੀਓਜ਼ ਵਗੈਰਾ ਜਾਂ PDF ਵਗੈਰਾ ਮੈਂ ਅਪਲੋਡ ਕਰਦਾ ਰਹਿੰਦਾ, ਤਾਂ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ। ਸੋ ਲੈਟਸ ਸਟਾਰਟ। ਸੋ ਜਿਹੜਾ ਪਹਿਲਾ ਕੁਐਸਚਨ ਆ ਜੀ ਉਹ ਕੀ ਆ, ਕਹਿੰਦਾ ਕੰਸਿਡਰ ਦਾ ਫੋਲੋਇੰਗ ਸਟੇਟਮੈਂਟਸ। ਪਹਿਲੀ ਸਟੇਟਮੈਂਟ ਕੀ ਆ, ਮਹਾਰਾਜਾ ਰਣਜੀਤ ਸਿੰਘ ਵਾਜ ਦਾ ਫਾਊਂਡਰ ਆਫ ਸਿੱਖ ਐਮਪਾਇਰ, ਜਿਹੜਾ ਕਿ ਰਾਈਟ ਹੈ। ਸੋ ਪਹਿਲਾ ਆਪਸ਼ਨ ਹੋ ਗਿਆ ਰਾਈਟ। ਇਸ ਤੋਂ ਬਾਅਦ ਜਿਹੜਾ ਹੈਗਾ ਜੀ ਸੈਕੰਡ, ਉਹ ਹੈਗਾ ਮਹਾਰਾਜਾ ਰਣਜੀਤ ਸਿੰਘ ਵਾਜ ਫਾਊਂਡਰ ਦਾ ਖਾਲਸਾ। ਖਾਲਸਾ ਇੱਥੇ ਕਾਫੀ ਜ਼ਿਆਦਾ ਕਨਫਿਊਜ਼ਿੰਗ ਆ, ਕਿਉਂਕਿ ਇੱਥੇ ਨਾ ਤਾਂ ਖਾਲਸਾ ਪੰਥ ਲਿਖਿਆ ਅਤੇ ਨਾ ਖਾਲਸਾ ਆਰਮੀ ਲਿਖੀ ਆ। ਖਾਲਸਾ ਆਰਮੀ ਆ ਜਿਹੜੀ ਵਾਜ ਫਾਊਂਡਰ ਬਾਏ ਮਹਾਰਾਜਾ ਰਣਜੀਤ ਸਿੰਘ, ਠੀਕ ਹੈ। ਸੋ ਇਹ ਦੂਸਰਾ ਰਾਈਟ ਬਣੂਗਾ ਉਸ ਤਰੀਕੇ ਦੇ ਨਾਲ, ਕਿਉਂਕਿ ਇੱਥੇ ਖਾਲਸਾ ਆਰਮੀ ਬਾਰੇ ਹੀ ਪੁੱਛਿਆ ਗਿਆ ਗਾ, ਠੀਕ ਹੈ। 1799 ਦੇ ਵਿੱਚ ਖਾਲਸਾ ਆਰਮੀ ਜਿਹੜੀ ਇਸਟੈਬਲਿਸ਼ ਕੀਤੀ ਗਈ ਸੀਗੀ। ਉਸ ਤੋਂ ਬਾਅਦ ਥਰਡ ਆ ਜਿਹੜਾ ਉਹ ਹੈਗਾ ਹੀ ਵਾਜ ਬੋਰਨ ਇਨ ਸਿੱਖ ਫੈਮਿਲੀ ਹੂ ਵਰ ਸ਼ੁਕਰ ਚੱਕੀਆ ਮਿਸਲਦਾਰ, ਠੀਕ ਹੈ। ਸ਼ੁਕਰ ਚੱਕੀਆ ਮਿਸਲਦਾਰ, ਠੀਕ ਹੈ, ਰਾਈਟ ਆ। ਸ਼ੁਕਰ ਚੱਕੀਆ ਮਿਸਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਪੈਦਾ ਹੋਏ ਸੀ, ਸੈਂਸੀ ਪਰਿਵਾਰ ਦੇ ਵਿੱਚ। ਸੋ ਤੀਸਰਾ ਵੀ ਰਾਈਟ ਆ। ਸੋ ਫਸਟ, ਸੈਕੰਡ ਐਂਡ ਥਰਡ ਇਜ਼ ਰਾਈਟ ਆਪਸ਼ਨ, ਠੀਕ ਹੈ। ਸੋ ਤਿੰਨੇ ਰਾਈਟ ਹੈ, ਖਾਲਸਾ ਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਖਾਲਸਾ ਇਹ ਆਰਮੀ ਆ ਨਾ ਕਿ ਖਾਲਸਾ ਪੰਥ। ਇਸ ਤੋਂ ਬਾਅਦ ਆ ਗਿਆ ਜੀ ਮਹਾਰਾਜਾ ਰਣਜੀਤ ਸਿੰਘ ਵਾਜ ਆਲਸੋ ਨੋਨ ਐਜ ਸ਼ੇਰੇ ਪੰਜਾਬ, ਰਾਈਟ ਹੈ ਕਿਹਾ ਜਾਂਦਾ ਗਾ। ਹਰੀ ਸਿੰਘ ਨਲੂਆ ਨੋਨ ਐਜ ਚੈਂਪੀਅਨ ਆਫ ਦਾ ਖਾਲਸਾ, ਤਾਂ ਰਾਈਟ ਹੈ। ਹਰੀ ਸਿੰਘ ਨਲੂਆ ਬਾਰੇ ਵੀ ਆਪਾਂ ਪੂਰੀ ਡਿਟੇਲ ਦੇ ਵਿੱਚ ਪੜ੍ਹਾਂਗੇ। ਇਹਨਾਂ ਨੂੰ ਚੈਂਪੀਅਨ ਆਫ ਖਾਲਸਾ ਕਿਹਾ ਜਾਂਦਾ ਸੀ। ਹੁਣ ਚੈਂਪੀਅਨ ਆਫ ਖਾਲਸਾ ਕੀ ਹੈ, ਇਹ ਖਾਲਸਾ ਆਰਮੀ ਹੀ ਆ, ਕਿਉਂਕਿ ਹਰੀ ਸਿੰਘ ਨਲੂਆ ਵਾਜ ਦਾ ਚੀਫ ਕਮਾਂਡਰ ਆਫ ਖਾਲਸਾ ਆਰਮੀ, ਠੀਕ ਹੈ ਨਾ। ਸੋ ਇਹ ਇਸੇ ਕਰਕੇ ਚੈਂਪੀਅਨ ਆਫ ਖਾਲਸਾ ਕਿਹਾ ਜਾਂਦਾ, ਤਾਂ ਹੀ ਮੈਂ ਕਿਹਾ ਕਿ ਉਹ ਖਾਲਸਾ ਆਰਮੀ ਦੀ ਹੀ ਗੱਲ ਹੋ ਰਹੀ ਹੈ। ਉਸ ਤੋਂ ਬਾਅਦ ਲਾਲਾ ਲਾਜਪਤ ਰਾਏ ਪਾਪੂਲਰਲੀ ਨੋਨ ਐਜ ਪੰਜਾਬ ਕੇਸਰੀ, ਲਾਲਾ ਲਾਜਪਤ ਰਾਏ ਨੂੰ ਲੋਇਨ ਆਫ ਪੰਜਾਬ ਵੀ ਕਿਹਾ ਜਾਂਦਾ ਗਾ, ਸ਼ੇਰੇ ਪੰਜਾਬ ਵੀ ਕਿਹਾ ਜਾਂਦਾ ਗਾ। ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਜੇਕਰ ਕਦੇ ਕੁਐਸਚਨ ਆ ਜੇ, ਠੀਕ ਹੈ। ਤਾਂ ਪਹਿਲਾ ਵੀ ਰਾਈਟ ਆ, ਦੂਸਰਾ ਵੀ ਰਾਈਟ ਆ, ਤੀਸਰਾ ਵੀ ਰਾਈਟ ਆ। ਸੋ ਇਹਦਾ ਵੀ ਆਨਸਰ ਜਿਹੜਾ ਆਜੂਗਾ ਉਹ ਲਾਸਟ ਵਾਲਾ 1, 2, and 3 ਆਨਸਰ ਇਜ਼ ਦਾ ਰਾਈਟ। ਇਸ ਤੋਂ ਬਾਅਦ ਆ ਗਿਆ ਦਾ ਸਿੱਖ ਐਮਪਾਇਰ ਵਾਜ਼ ਫਾਊਂਡਡ ਬਾਏ ਮਹਾਰਾਜਾ ਰਣਜੀਤ ਸਿੰਘ ਇਨ 17th century, ਨਹੀਂ ਜੀ 18th century। ਸੋ ਇਹ ਹੋ ਗਿਆ ਗਲਤ। ਉਸ ਤੋਂ ਬਾਅਦ ਦੂਸਰਾ ਹੈਗਾ ਹੀ ਵਾਜ਼ ਇਨਫਲੂਐਂਸਡ ਬਾਏ ਦਾ ਟੀਚਿੰਗਸ ਆਫ 10th ਗੁਰੂ ਗੋਬਿੰਦ ਸਿੰਘ ਜੀ। ਤਾਂ ਆਪਾਂ ਨੂੰ ਪਤਾ ਕਿ 10ਵੇਂ ਗੁਰੂ ਗੋਬਿੰਦ ਸਿੰਘ ਜੀ 10ਵੇਂ ਗੁਰੂ ਆਪਣੇ, ਤਾਂ ਉਹਨਾਂ ਤੋਂ ਇਹ ਪ੍ਰਭਾਵਿਤ ਸੀਗੇ, ਠੀਕ ਹੈ। ਸੋ ਦੂਸਰਾ ਆਪਸ਼ਨ ਇੰਪੋਰਟੈਂਟ ਹੈ ਜਿਹੜਾ ਕਿ ਰਾਈਟ ਹੋ ਗਿਆ। ਇਸ ਤੋਂ ਬਾਅਦ ਆ ਗਿਆ ਤਖਤ ਸ਼੍ਰੀ ਪਟਨਾ ਸਾਹਿਬ ਐਂਡ ਤਖਤ ਸ਼੍ਰੀ ਹਜ਼ੂਰ ਸਾਹਿਬ ਵਰ ਅਸਟੈਬਲਿਸ਼ਡ ਬਾਏ ਹਿਮ, ਤਾਂ ਇਹ ਵੀ ਹੋ ਗਿਆ ਰਾਈਟ, ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੁਆਰਾ ਅਸਟੈਬਲਿਸ਼ ਕੀਤਾ ਗਿਆ ਗਾ, ਠੀਕ ਹੈ। ਸੋ ਇੰਪੋਰਟੈਂਟ ਆ, ਸੈਕੰਡ ਐਂਡ ਥਰਡ ਆਨਸਰ ਇਹਦਾ ਰਾਈਟ ਬਣਦਾ, ਯਾਨੀ ਕਿ ਸੀ ਆਪਸ਼ਨ ਇਹਦਾ ਰਾਈਟ ਬਣੂਗਾ। ਹੋਪਫੁਲੀ ਤੁਹਾਡਾ ਆਨਸਰ ਵੀ ਰਾਈਟ ਹੋਵੇਗਾ। ਇਸ ਤੋਂ ਬਾਅਦ ਆ ਗਿਆ ਜੀ ਹੂ ਅਮੰਗ ਦਾ ਫੋਲੋਇੰਗ ਪਰਸਨ ਨੋਨ ਐਜ਼ ਲਛਮਣ ਦਾਸ, ਤਾਂ ਲਛਮਣ ਦਾਸ ਦੇ ਨਾਮ ਨਾਲ ਕੌਣ ਜਾਣੇ ਜਾਂਦੇ ਸੀਗੇ, ਮਾਧੋ ਦਾਸ ਵੀ ਕਿਹਾ ਜਾਂਦਾ ਸੀ, ਬੰਦਾ ਸਿੰਘ ਬੈਰਾਗੀ ਵੀ ਕਿਹਾ ਜਾਂਦਾ ਸੀ। ਸੋ ਕੌਣ ਹੈ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ, ਬੰਦਾ ਸਿੰਘ ਬਹਾਦਰ ਜੀ। ਸੋ ਇਹਦਾ ਜਿਹੜਾ ਆਨਸਰ ਆਜੂਗਾ ਸੈਕੰਡ ਆਪਸ਼ਨ ਰਾਈਟ ਬਣਦਾ ਗਾ। ਇਸ ਤੋਂ ਬਾਅਦ ਆ ਗਿਆ ਨੈਕਸਟ ਜਿਹੜਾ ਕੁਐਸਚਨ ਹੈਗਾ ਉਹ ਕੀ ਹੈ, ਕਹਿੰਦੇ ਬੰਦਾ ਸਿੰਘ ਬਹਾਦਰ ਜੀ ਵਾਜ ਦਾ ਨੇਮ ਗਿਵਨ ਬਾਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਟੂ ਮਾਧੋ ਦਾਸ, ਤਾਂ ਰਾਈਟ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਮਾਧੋ ਦਾਸ ਨਾਮ ਦਿੱਤਾ ਗਿਆ ਸੀਗਾ ਬੰਦਾ ਬੈਰਾਗੀ, ਉਸ ਤੋਂ ਬਾਅਦ ਮਸ਼ਹੂਰ ਹੋਏ ਬੰਦਾ ਸਿੰਘ ਬਹਾਦਰ ਦੇ ਨਾਲ। ਇਸ ਤੋਂ ਬਾਅਦ ਹੀ ਇਜ਼ ਬੈਸਟ ਨੋਨ ਫੋਰ ਕੈਪਚਰਿੰਗ ਦਾ ਮੁਗਲ ਪ੍ਰੋਵਿੰਸਲ ਕੈਪੀਟਲ ਸਰਹਿੰਦ, ਤਾਂ ਓਬਵੀਅਸਲੀ ਗੱਲ ਹੈ ਇਹ ਵੀ ਰਾਈਟ ਹੋਊਗਾ। ਇਸ ਤੋਂ ਬਾਅਦ ਆ ਗਿਆ ਹੀ ਅਬੋਲਿਸ਼ਡ ਜ਼ਮੀਨਦਾਰੀ ਸਿਸਟਮ, ਇਹਨਾਂ ਨੇ ਅਬੋਲਿਸ਼ ਕੀਤੀ ਸੀ, ਐਂਡ ਗਰਾਂਟਡ ਦਾ ਪ੍ਰੋਪਰਟੀ ਰਾਈਟਸ ਟੂ ਟਿਲਰਸ ਆਫ ਲੈਂਡ। ਸੋ ਇਹ ਵੀ ਰਾਈਟ ਆ। ਬਾਕੀ ਬੰਦਾ ਸਿੰਘ ਬਹਾਦਰ ਬਾਰੇ ਪੂਰੀ ਡਿਟੇਲ ਦੇ ਵਿੱਚ ਵੀ ਆਪਾਂ ਪੜ੍ਹਾਂਗੇ, ਇਹ ਮੈਂ ਹੌਲੀ ਹੌਲੀ ਪੰਜਾਬ GK ਦੇ ਵਿੱਚ ਸਾਰੇ ਲੈਕਚਰ ਲੈ ਕੇ ਆਊਂਗਾ, ਡੋਂਟ ਵਰੀ। ਸੋ ਯਾਨੀ ਕਿ ਇਹਦਾ ਆਨਸਰ ਵੀ ਜਿਹੜਾ ਹੈਗਾ ਉਹ ਤਿੰਨੇ ਰਾਈਟ ਆ। ਸੋ ਫਸਟ, ਸੈਕੰਡ ਐਂਡ ਥਰਡ ਆਨਸਰ ਇਜ਼ ਦਾ ਰਾਈਟ।
ਇਸ ਤੋਂ ਬਾਅਦ ਆ ਗਿਆ ਜੀ, ਵਿਚ ਆਫ ਦਾ ਫੋਲੋਇੰਗ ਵਾਜ ਦਾ ਫਸਟ ਜਥੇਦਾਰ ਜਾਂ ਹੈੱਡ, ਆਪਾਂ ਜਿਹਨੂੰ ਕਹਿ ਦਿੰਦੇ ਹਾਂ, ਆਫ ਦਮਦਮੀ ਟਕਸਾਲ। ਤਾਂ ਪਹਿਲਾ ਇਹਦਾ ਜਥੇਦਾਰ ਅਤੇ ਪਹਿਲੇ ਹੈੱਡ ਕੌਣ ਸੀ? ਬੰਦਾ ਦੀਪ ਸਿੰਘ, ਬਾਬਾ ਦੀਪ ਸਿੰਘ ਆਊਗਾ, ਬੰਦਾ ਨਹੀਂ, ਬਾਬਾ ਦੀਪ ਸਿੰਘ। ਠੀਕ ਹੈ, ਸੋ ਪਹਿਲਾ ਆਪਸ਼ਨ ਇਹਦਾ ਰਾਈਟ ਬਣਦਾ ਗਾ, ਬਾਬਾ ਦੀਪ ਸਿੰਘ ਜੀ ਵਾਜ ਦਾ ਫਸਟ ਹੈੱਡ ਆਫ ਦਾ ਦਮਦਮੀ ਟਕਸਾਲ। ਇਸ ਤੋਂ ਬਾਅਦ ਆ ਗਿਆ ਜੀ ਨੈਕਸਟ ਕੁਸ਼ਚਨ, ਕਹਿੰਦੇ ਵਿਚ ਆਫ ਦਾ ਫੋਲੋਇੰਗ ਵਾਜ ਦਾ ਔਰਗਨਾਈਜ਼ਰ ਆਫ ਦਾ ਸਿੱਖ ਕੌਨਫੈਡਰੇਸੀ ਐਂਡ ਦਾ ਦਲ ਖਾਲਸਾ। ਇਹ ਕੁਸ਼ਚਨ ਬਹੁਤ ਵਾਰ ਆਉਂਦਾ, ਇੰਪੋਰਟੈਂਟ ਹੈ ਦਲ ਖਾਲਸਾ ਦੀ, ਤੁਹਾਨੂੰ ਪਤਾ ਹੈ। ਤਾਂ ਕੌਣ ਸੀ ਔਰਗਨਾਈਜ਼ਰ? ਇਹਦਾ ਜਿਹੜਾ ਆਂਸਰ ਆਜੂਗਾ ਉਹ ਆਜੂਗਾ ਨਵਾਬ ਕਪੂਰ ਸਿੰਘ, ਯਾਨੀ ਕਿ ਸੈਕਿੰਡ ਆਪਸ਼ਨ ਇਹਦਾ ਰਾਈਟ ਬਣਦਾ ਗਾ। ਨੈਕਸਟ ਕੁਸ਼ਚਨ ਜਿਹੜਾ ਹੈਗਾ ਜੀ, ਕਹਿੰਦੇ ਪੈਸੀਫਿਕ ਕੋਸਟ ਹਿੰਦੀ ਐਸੋਸੀਏਸ਼ਨ ਲੇਟਰ ਕੇਮ ਟੂ ਨੋਨ ਐਜ਼ ਗਦਰ ਪਾਰਟੀ। ਤਾਂ ਪਹਿਲਾ ਰਾਈਟ ਹੈ ਇਹਦਾ, ਐਜ਼ ਡਿਟੋ ਨਾ ਜਾਵੜੇ, ਕਿਉਂਕਿ ਤੁਹਾਨੂੰ ਮਿਲੂਗਾ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ, ਤਾਂ ਗੱਲਬਾਤ ਉਹੀ ਹੈ। ਸੋ ਪਹਿਲਾ ਇਹਦਾ ਰਾਈਟ ਹੈ, ਇਹ ਉਹੀ ਕਹਿਣਾ ਚਾਹੁੰਦੇ ਜਿਹੜਾ ਨਾਮ ਆਪਾਂ ਪਹਿਲਾਂ ਗਦਰ ਪਾਰਟੀ ਦਾ ਜਾਣਦੇ ਹਾਂ। ਠੀਕ ਹੈ, ਦੂਸਰਾ ਆਪਸ਼ਨ ਹੈ ਜਿਹੜਾ ਲਾਲਾ ਲਾਜਪਤ ਰਾਏ ਡੈਥ ਐਨਵਰਸਰੀ ਹੈ ਜਿਹੜੀ, ਉਹ ਇੱਕ ਤਰ੍ਹਾਂ ਨਾਲ ਸੈਲੀਬ੍ਰੇਟ ਕੀਤੀ ਜਾਂਦੀ ਹੈ ਐਜ਼ ਏ ਮਰਟਾਇਰ ਡੇ, ਤਾਂ ਇਹ ਵੀ ਰਾਈਟ ਹੈ। ਇਸ ਤੋਂ ਬਾਅਦ ਆ ਗਿਆ ਜੀ ਸਾਵਣ ਮੱਲ, ਲਿਖਿਆ ਕੀ ਲਿਖਿਆ, ਸਾਵਣ ਮੱਲ ਚੋਪੜਾ। ਠੀਕ ਹੈ, ਵਾਜ ਦਾ ਫਾਊਂਡਰ ਆਫ ਕਪੂਰਥਲਾ 1772, ਜਿਹੜਾ ਕਿ ਗਲਤ ਹੈ, ਕਿਉਂਕਿ ਕਪੂਰਥਲਾ ਮੰਨਿਆ ਜਾਂਦਾ ਕਿ ਜਿਹੜੇ ਨਵਾਬ ਕਪੂਰ ਦੇ ਨਾਮ ਨਾਲ, ਜਿਹੜਾ ਮਤਲਬ ਉਸ ਤੋਂ ਬਾਅਦ ਕਪੂਰਥਲਾ ਨਾਮ ਪਿਆ ਸੀਗਾ ਕਪੂਰ। ਠੀਕ ਹੈ, ਤਾਂ ਉੱਥੋਂ ਮੰਨਿਆ ਜਾਂਦਾ ਗਾ, ਬਾਕੀ ਆਪਾਂ ਕਪੂਰਥਲ ਦੀ ਹਿਸਟਰੀ ਕਦੇ ਨਾ ਕਦੇ ਪੜ੍ਹ ਲਾਂਗੇ। ਸੋ ਤੀਸਰਾ ਆਪਸ਼ਨ ਆ ਜਿਹੜਾ ਉਹ ਗਲਤ ਹੈ, ਯਾਨੀ ਕਿ ਇਹਦਾ ਫਸਟ ਅਤੇ ਸੈਕਿੰਡ ਆਪਸ਼ਨ ਰਾਈਟ ਬਣਦਾ ਗਾ, ਜਿਹੜਾ ਕਿ ਇੱਥੇ ਲਿਖਿਆ ਜਾਣਾ ਸੀ। ਸੋ ਇਹ ਫਸਟ ਅਤੇ ਸੈਕਿੰਡ ਆਂਸਰ ਇਹਦਾ ਰਾਈਟ ਬਣਦਾ ਗਾ। ਇਸ ਤੋਂ ਬਾਅਦ ਆ ਗਿਆ ਜੀ ਨੈਕਸਟ ਕੁਸ਼ਚਨ, ਕਹਿੰਦਾ ਵਿਚ ਆਫ ਦਾ ਫੋਲੋਇੰਗ ਰੈਵੋਲਿਊਸ਼ਨਰੀ ਆਫ ਪੰਜਾਬ ਵਾਜ ਦਾ ਫਸਟ ਪ੍ਰੈਜੀਡੈਂਟ ਆਫ ਗਦਰ ਪਾਰਟੀ। ਤਾਂ ਪ੍ਰੈਜੀਡੈਂਟ ਐਜ਼ ਅ ਪ੍ਰੈਜੀਡੈਂਟ ਗਦਰ ਪਾਰਟੀ ਦੇ ਫਸਟ ਕੌਣ ਸੀਗੇ? ਤਾਂ ਸੋਹਣ ਸਿੰਘ ਭਕਨਾ ਸੀਗੇ, ਲਾਲਾ ਹਰਦਿਆਲ ਅਤੇ ਸੋਹਣ ਸਿੰਘ ਭਕਨਾ, ਇਹਨਾਂ ਵੱਲੋਂ ਹੀ ਜਿਹੜੀ ਫਾਊਂਡੇਸ਼ਨ ਹੋਈ ਸੀਗੀ। ਲਾਲਾ ਹਰਦਿਆਲ ਫਾਊਂਡਰ ਮੰਨੇ ਜਾਂਦੇ ਆ, ਜੇਕਰ ਆਪਸ਼ਨ ਦੇ ਵਿੱਚ ਲਾਲਾ ਹਰਦਿਆਲ ਨਾ ਹੋਵੇ ਤਾਂ ਸੋਹਣ ਸਿੰਘ ਭਕਨਾ ਵੀ ਫਾਊਂਡਰ ਮੰਨੇ ਜਾਣਗੇ। ਜੇ ਦੋਨੇ ਹੋਏ ਤਾਂ ਬੋਥ ਏ ਬੀ ਲਿਖਿਆ ਹੋਇਆ, ਤਾਂ ਬੋਥ ਏ ਬੀ ਆਂਸਰ ਵੀ ਇਹਦਾ ਆ ਸਕਦਾ ਹੈ। ਠੀਕ ਹੈ, ਸੋ ਕਹਿਣ ਦਾ ਮਤਲਬ ਇੱਥੇ ਐਜ਼ ਏ ਪ੍ਰੈਜ਼ੀਡੈਂਟ, ਅਤੇ ਐਜ਼ ਏ ਪ੍ਰੈਜ਼ੀਡੈਂਟ ਜਿਹੜੇ ਪਹਿਲੇ ਬਣੇ ਸੀ ਉਹ ਸੋਹਣ ਸਿੰਘ ਭਕਨਾ ਹੀ ਬਣੇ ਸੀ। ਇਸ ਤੋਂ ਬਾਅਦ ਆ ਗਿਆ ਜੀ ਸੁਖਦੇਵ ਥਾਪਰ, ਜਿਨ੍ਹਾਂ ਨੂੰ ਤੁਹਾਨੂੰ ਪਤਾ ਕਿ ਭਗਤ ਸਿੰਘ ਸੁਖਦੇਵ, ਇਹਨਾਂ ਨੂੰ ਐਗਜੀਕਿਊਟ ਕੀਤਾ ਗਿਆ ਸੀ ਬਾਏ ਦਾ ਬ੍ਰਿਟਿਸ਼। ਸੋ ਉਹੀ ਸੁਖਦੇਵ ਹੈ, ਸੁਖਦੇਵ ਥਾਪਰ। ਇਹ ਮੈਂਬਰ ਨਹੀਂ ਸੀ ਕਹਿੰਦੇ ਕਾਹਦੇ, ਐਚ ਐੱਸ ਆਰ ਏ, ਯਾਨੀ ਕਿ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ, ਜਿਹੜਾ ਕਿ ਗਲਤ ਹੈ, ਇਹਦੇ ਇਹ ਮੈਂਬਰ ਸੀਗੇ। ਠੀਕ ਹੈ, ਸੋ ਪਹਿਲਾ ਆਪਸ਼ਨ ਗਲਤ ਹੋ ਗਿਆ। ਇਸ ਤੋਂ ਬਾਅਦ ਦੂਸਰੇ ਦੀ ਗੱਲ ਕਰੀ ਜਾਵੇ ਤਾਂ ਨੌਜਵਾਨ ਭਾਰਤ ਸਭਾ ਸਟਾਰਟਡ ਐਟ ਲਾਹੌਰ, ਜਿਹੜਾ ਕਿ ਸਹੀ ਹੈ। ਤੀਸਰਾ ਜਿਹੜਾ ਹੈਗਾ, ਕਹਿੰਦੇ ਸੁਖਦੇਵ ਥਾਪਰ, ਭਗਤ ਸਿੰਘ ਐਂਡ ਰਾਜਗੁਰੂ ਜੀ ਵਰ ਹੈਂਗਡ ਇਨ ਲਾਹੌਰ ਸੈਂਟਰਲ ਜੇਲ੍ਹ 23 ਮਾਰਚ 1931 ਨੂੰ। ਸੋ ਇਹ ਵੀ ਰਾਈਟ ਹੋਊਗਾ, ਯਾਨੀ ਕਿ ਸੈਕਿੰਡ ਅਤੇ ਥਰਡ ਇਹਦਾ ਰਾਈਟ ਬਣਦਾ, ਯਾਨੀ ਕਿ ਆਹ ਆਪਸ਼ਨ ਇਹਦਾ ਰਾਈਟ ਪਿਆਗਾ। ਠੀਕ ਹੈ, ਹੋਪਫੁਲੀ ਤੁਹਾਡਾ ਆਂਸਰ ਵੀ ਰਾਈਟ ਹੋਵੇਗਾ। ਇਸ ਤੋਂ ਬਾਅਦ ਆ ਗਿਆ ਵਿਚ ਆਫ ਦਾ ਫੋਲੋਇੰਗ ਰੈਵੋਲਿਊਸ਼ਨਰੀਜ਼ ਆਫ ਪੰਜਾਬ ਵਾਜ਼ ਐਕਿਊਜ਼ਡ ਇਨ ਦਾ ਫੇਮਸ ਲਾਹੌਰ ਕੌਨਸਪਰੇਸੀ ਕੇਸ ਜਿਹੜਾ ਹੋਇਆ ਸੀਗਾ, ਉਹਦੇ ਵਿੱਚ ਕੌਣ ਐਕਿਊਜ਼ ਸੀ? ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਲਾਲਾ ਲਾਜਪਤ ਰਾਏ ਊਧਮ ਸਿੰਘ ਅਤੇ ਜਤਿੰਦਰ ਨਾਥ ਦਾਸ। ਤਾਂ ਇਹਦਾ ਤੁਸੀਂ ਆਂਸਰ ਦੱਸਣਾ ਹੁਣ ਕਮੈਂਟ ਬਾਕਸ ਦੇ ਵਿੱਚ। ਇਹ ਕੁਸ਼ਚਨ ਤੁਹਾਡੇ ਵੱਲੋਂ ਪੁੱਛਿਆ ਗਿਆ, ਮੇਰੇ ਵੱਲੋਂ ਪੁੱਛਿਆ ਗਿਆ ਤੁਹਾਡੇ ਲਈ। ਠੀਕ ਹੈ, ਸੋ ਇਹਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਂਸਰ ਦੇਣਾ ਗਾ, ਜ਼ਰੂਰ ਆਂਸਰ ਦੇਣਾ ਗਾ, ਜ਼ਰੂਰ ਆਂਸਰ ਦੇਣਾ। ਇਹ ਮੈਂ ਇੰਨੇ ਵਾਰੀ ਤਾਂ ਲਿਖਿਆ ਕਿਉਂਕਿ ਮੈਨੂੰ ਇੰਨੇ ਵਾਰੀ ਕਹਿਣ ਦੇ ਬਾਵਜੂਦ ਵੀ ਤੁਹਾਡੇ ਆਂਸਰ ਨਹੀਂ ਆਉਂਦੇ। ਚਲੋ ਖੈਰ, ਇਸ ਤੋਂ ਬਾਅਦ ਆ ਗਿਆ ਹੂ ਉਮੰਗ ਦਾ ਪਰਸਨੈਲਿਟੀ ਵਾਜ਼ ਓਨਰਡ ਐਜ਼ ਰਾਮਗੜੀਆ। ਰਾਮਗੜੀਆ ਦੇ ਨਾਮ ਨਾਲ ਜੱਸਾ ਸਿੰਘ ਰਾਮਗੜੀਆ, ਜਿਹੜੇ ਰਾਮਗੜੀਆ ਮਿਸਲ ਦੇ ਹੀ ਸੀ, ਕਾਫੀ ਮਸ਼ਹੂਰ, ਇਹ ਆਲੂ ਵਾਲੀ ਮਿਸਲ ਦੇ ਨਾਲ ਰਿਲੇਟਡ ਸੀ। ਊਧਮ ਸਿੰਘ ਬਾਰੇ ਤੁਸੀਂ ਜਾਣਦੇ ਹੀ ਹੋ। ਸੋ ਜੱਸਾ ਸਿੰਘ ਰਾਮਗੜੀਆ ਜਿਹੜੇ ਕਿ ਰਾਮਗੜੀਆ ਨਾਲ ਓਨਰ ਹੋਏ ਸੀਗੇ, ਕਿਉਂ ਹੋਏ ਸੀ ਇਹਦੇ ਬਾਰੇ ਵੀ ਆਪਾਂ ਪੂਰੀ ਡਿਟੇਲ ਦੇ ਵਿੱਚ ਕਦੇ ਨਾ ਕਦੇ ਪੜ੍ਹਾਂਗੇ। ਇਸ ਤੋਂ ਬਾਅਦ ਆ ਗਿਆ ਜੀ ਹਰੀ ਸਿੰਘ ਨਰੂਆ ਵਾਜ਼ ਦਾ ਕਮਾਂਡਰ ਆਫ ਦਾ ਖਾਲਸਾ ਆਰਮੀ, ਤਾਂ ਰਾਈਟ ਹੋ ਗਿਆ। ਦੂਸਰਾ ਹੈਗਾ ਹੀ ਵਾਜ਼ ਨੋਨ ਫੋਰ ਹਿਜ਼ ਕਨਕੁਐਸਟ ਸਿਆਲਕੋਟ, ਅਟੋਕ ਅਤੇ ਕਸ਼ਮੀਰ ਇਹਨਾਂ ਨੇ ਜਿੱਤਿਆ ਸੀ, ਰਾਈਟ ਹੈ। ਹੀ ਐਸਟੈਬਲਿਸ਼ਡ ਮਿੰਟ ਔਨ ਬਿਹਾਫ ਸਿੱਖ ਇੰਪਾਇਰ ਟੂ ਫੈਸਿਲੀਟੇਟ ਰੈਵਨਿਊ ਕਲੈਕਸ਼ਨ ਇਨ ਕਸ਼ਮੀਰ, ਤਾਂ ਇਹ ਵੀ ਰਾਈਟ ਹੈ, ਯਾਨੀ ਕਿ ਤਿੰਨੇ ਆਪਸ਼ਨ ਇਹਦੇ ਰਾਈਟ ਬਣਦੇ ਆ। ਸੋ ਫਸਟ, ਸੈਕਿੰਡ ਐਂਡ ਥਰਡ ਆਂਸਰ ਇਜ਼ ਦਾ ਰਾਈਟ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਕੁਸ਼ਚਨ ਖਤਮ ਹੋ ਗਏ, ਤਾਂ ਦੱਸਣਾ ਕੁਸ਼ਚਨ ਤੁਸੀਂ ਜਿਹੜਾ ਮੈਂ ਪੁੱਛਿਆ ਇੰਨੇ ਵਾਰੀ ਮੈਂ ਐਂਡ 'ਤੇ ਫੇਰ ਕਹਿ ਗਿਆ। ਅਤੇ ਪੰਜਾਬ ਪੀਸਦ ਚੈਨਲ ਤੁਸੀਂ ਸਬਸਕ੍ਰਾਈਬ ਕਰਦੇ ਨਹੀਂ ਭੁੱਲਣਾ, ਇਸ ਚੈਨਲ ਤੋਂ ਸਬਸਕ੍ਰਾਈਬ ਕੀ, ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਭਾਈ, ਤੁਹਾਨੂੰ ਬਹੁਤ ਵਾਰੀ ਕਹਿੰਦਾ, ਜਿੰਨੇ ਵੀ ਤੁਹਾਡੇ ਕੋਲ ਗਰੁੱਪ ਬਣੇ ਹੋਏ ਆ ਸ਼ੇਅਰ ਕਰਦੇ ਕਰੋ। ਬਾਕੀ ਥੈਂਕਸ, ਆਪਾਂ ਹੋਰ ਨਵੀਂ ਨਵੀਂ ਵੀਡੀਓ ਨਾਲ ਮਿਲਦੇ ਰਹਾਂਗੇ। ਥੈਂਕ ਯੂ ਵੈਰੀ ਮੱਚ, ਬਾਬਾ ਮਿਹਰ ਕਰੇ ਸਭ 'ਤੇ।